ਕਲਪਾ ਦੇ ਵਿੱਚ ਹੋਟਲ ਛੰਬਾਲਾਲ ਵਿੱਚ ਆਪਾਂ ਰੁਕੇ ਹੋਏ ਸੀ ਬਾਈ ਹੁਣਾਂ ਕੋਲੇ, ਪ੍ਰਿਥਵੀ ਰਾਜ ਹੁਣਾਂ ਕੋਲੇ। 2 ਦਿਨ ਆਪਕੇ ਪਾਸ ਰੁਕੇ ਹੈ, ਕੱਲ ਵੋ ਟਰੈਕਿੰਗ ਕਰਨ ਕੇ ਲਈ ਗਏ ਥੇ, ਆਪ ਉਧਰ ਬਿਜ਼ੀ ਥੇ ਹੈ ਨਾ ਜੀ। ਤੋ ਬਹੁਤ ਬਹੁਤ ਧੰਨਵਾਦ ਬਾਈ ਸਾਹਿਬ ਆਪਕਾ, ਬਸ ਭਗਵਾਨ ਕਰੇ ਆਪਕਾ ਯਾਤਰਾ ਸਫਲ ਰਹੇ ਔਰ ਆਪਕੇ ਔਰ ਪੂਰਾ ਇੰਡੀਆ ਕੋ ਆਪ ਸਾਈਕਲ ਪੇ ਪੂਰਾ ਈਸਟ ਵੈਸਟ ਨੌਰਥ ਸਾਊਥ ਨਾਪੇ ਜੀ ਜੀ। ਹਮਾਰੇ ਵਾਹਿਗੁਰੂ ਸੇ ਯਹੀ ਦੁਆ ਹੈ, थैंक यू वेरी, और आपका अच्छे स्वास्थ्य के लिए हम कामना करेंगे। बिल्कुल बिल्कुल, और आप दोनों का सफल हो जाए, ये सफर सफल हो जाए। हाँ भाई, ਹੁਣਾਂ ਦਾ ਹੋਟਲ ਜਿੱਥੇ ਰੁਕੇ ਸੀ ਆਪਾਂ ਉਹਦਾ ਲਿੰਕ ਉਹਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਪਾਵਾਂਗੇ, ਜਦੋਂ ਵੀ ਕੱਲ ਪਾਉਣਾ ਹੋਵੇ ਤੁਸੀਂ ਇੱਥੇ ਰੁਕ ਸਕਦੇ ਹੋ। ਠੀਕ ਹੈ ਜੀ, ਜੂਲੇ ਜੂਲੇ ਸਰ ਜੂਲੇ ਜੂਲੇ ਅਸੀਂ ਲੇਹ ਲਦਾਖ ਦੇ ਵਿੱਚ ਸੁਣਿਆ ਸੀਗਾ, ਪਰ ਇੱਧਰ ਵੀ ਜੂਲੇ ਬੋਲਦੇ ਆ ਸਾਰੇ। ਠੀਕ ਹੈ ਦਵਿੰਦਰ ਵੀਰੇ, ਸਤਿ ਸ਼੍ਰੀ ਅਕਾਲ ਜੀ। ਚੰਗਾ ਬਾਈ ਜੀ, ਸਤਿ ਸ਼੍ਰੀ ਅਕਾਲ। ਹਾਂ ਜੀ, ਕਰਦੇ ਹਾਂ ਫੋਨ ਅਸੀਂ ਉਹਨਾਂ ਬਾਈ ਹੁਣਾਂ ਨੂੰ ਵੀ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਅੱਜ ਤਰੀਕ 21 ਅਗਸਤ 2022, ਆਪਾਂ ਕਲਪਾ ਤੋਂ ਚੱਲ ਪਏ ਅਗਲੇ ਸਫ਼ਰ 'ਤੇ, ਪਾਂਗੀ ਰਾਰੰਗ ਪੂਹ ਵੱਲ ਨੂੰ ਜਾਵਾਂਗੇ, ਆਪਾਂ ਰੂਪਾ ਵੈਲੀ ਵੱਲ ਨੂੰ ਜਾਵਾਂਗੇ। ਅਤੇ ਜਿਹੜਾ ਆਪਾਂ ਸਫ਼ਰ ਕਰਾਂਗੇ ਇਹ ਆਪਾਂ ਕਰਾਂਗੇ ਹਿੰਦੁਸਤਾਨ ਤਿੱਬਤ ਰੋਡ, ਜਿਹੜੀ ਪੁਰਾਣੀ ਸੜਕ ਸੀ, ਓਲਡ ਕਹਿੰਦੇ ਆ ਜਿਹਨੂੰ, ਮਤਲਬ ਕਿ ਪਹਿਲਾਂ ਇਹ ਚੱਲਦੀ ਹੁੰਦੀ ਸੀ, NH5 ਬਾਅਦ 'ਚ ਬਣੀ ਆ। ਇਹ ਤੋਂ ਸਿਲਕ ਰੂਟ ਵੀ ਕਹਿੰਦੇ ਆ, ਇਹ ਤੋਂ ਟ੍ਰੇਡ ਹੁੰਦਾ ਸੀ, ਵਪਾਰ ਹੁੰਦਾ ਸੀ ਇਸ ਰੋਡ ਤੋਂ। ਆਪਾਂ ਇਹਦੇ ਸਫ਼ਰ ਕਰਦੇ ਹਾਂ, ਚੱਲੀਏ ਦੇਬੇ ਬਾਈ। ਇਹ ਉਹ ਰੋਡ ਆ ਜਿਹੜਾ ਪਗਡੰਡੀਆਂ ਚੋਂ ਨਿਕਲਿਆ ਹੋਇਆ, ਜਿਹੜਾ ਪਗਡੰਡੀਆਂ ਚੋਂ ਨਿਕਲਿਆ ਹੋਇਆ। ਹਜੇ ਵੀ ਜੇ ਸਤਲੁਜ ਹੜ ਹੁੜਾ ਕੇ ਬੰਦ ਹੋ ਜਾਣਾ ਤੇ ਉਹ ਸੜਕ ਇਹ ਚੱਲਦੀ ਆ, ਕਿਉਂਕਿ ਜਿਹੜੀ ਸੜਕ ਹੈ ਨਾ ਇਹ ਉੱਚੇ ਥਾਂ ਤੇ ਆ, ਬਹੁਤ ਜ਼ਿਆਦਾ ਨੈਸ਼ਨਲ ਹਾਈਵੇ 5 ਬਹੁਤ ਨੀਵੇਂ ਥਾਂ ਤੇ ਨਿਕਲਿਆ ਹੋਇਆ, ਤੇ ਇਹ ਜਮਾਂ ਪਹਾੜਾਂ ਦੇ, ਮਤਲਬ ਕਹਿ ਦਈਏ ਪਹਾੜਾਂ ਦੇ ਉੱਤੋਂ ਉੱਤੋਂ ਦੀ ਜਾਂਦੀ ਸਾਰੀ ਸੜਕ। ਚੱਲਦੀ ਆ NH5 ਦੇ ਬਰਾਬਰ ਆ, ਇਹ ਉਹਦੇ ਪੈਰਲਲ ਜਾਂਦੀ ਆ, ਪਰ ਜਾਂਦੀ ਪਹਾੜ ਦੇ ਉੱਤੇ ਆ ਇਹ। ਪਾਂਗੀ ਇੱਥੋਂ ਕੋਈ 8-9 ਕਿਲੋਮੀਟਰ ਦੀ ਵਾਟ 'ਤੇ ਆ, ਅਤੇ ਸੜਕ ਉੱਥੋਂ ਦੀ ਲਗਭਗ ਇਹਨੇ ਪੱਧਰੀ ਜਾਣੀ ਆ, ਉਦੋਂ ਗਾਂ ਚੜ੍ਹਾਈਆਂ ਚੜ੍ਹਾਈਆਂ ਪੈਣੀਆਂ, ਸੜਕ ਹੈ ਵੀ ਨਹੀਂ ਬਹੁਤੇ ਵਿੱਚ, ਕੱਚਾ ਰਾਹ ਆਊਗਾ ਆਪਾਂ ਨੂੰ। ਅਤੇ ਇਹ ਸੜਕ ਦੇ ਉੱਤੇ ਟ੍ਰੈਫਿਕ ਨਹੀਂ ਹੁੰਦਾ, ਕਿਉਂਕਿ ਟ੍ਰੈਫਿਕ ਸਾਰਾ ਥੱਲੇ ਰਹਿ ਜਾਂਦਾ। ਇੱਥੋਂ ਜਿਹੜੇ ਇੱਥੋਂ ਦੇ ਲੋਕਲ ਲੋਕ ਆ ਉਹ ਆਹ ਰੋਡ ਨੂੰ ਵਰਤਦੇ ਆਉਣ ਜਾਣ ਵਾਸਤੇ। ਆਹ ਥੱਲੇ ਨਾਲੀ ਦੇ ਵਿੱਚ ਪਾਣੀ ਵਗੀ ਜਾਂਦਾ ਵਹਿਣੀ 'ਚ, ਇਹ ਪਾਣੀ ਵੀ ਪੂਰਾ ਸਾਫ਼ ਆ, ਕਿਉਂਕਿ ਇੱਥੇ ਥੋੜ੍ਹੀ ਜਿਹੀ ਆਬਾਦੀ ਵਿਰਲੀ ਆ ਅਤੇ ਝਰਨੇ ਨੇੜੇ ਨੇੜੇ ਆ। ਬੋਲਦਾ ਪਿਛਲੇ 2-3 ਦਿਨਾਂ ਤੋਂ ਰੈੱਡ ਅਲਰਟ ਜਾਰੀ ਕੀਤਾ ਹੋਇਆ ਹਿਮਾਚਲ ਦੇ ਵਿੱਚ ਵੱਧ ਮੀਂਹਾਂ ਕਰਕੇ, ਅਤੇ ਤਾਂ ਕਰਕੇ ਆਪਣੇ ਲੋਕ ਬਹੁਤ ਸਾਰੇ ਮੈਸੇਜ ਭੇਜੀ ਜਾਂਦੇ ਆਪਣੇ ਵੀਰ ਭਰਾ ਆਪਾਂ ਨੂੰ, ਵੀ ਬਾਈ ਤੁਸੀਂ ਆਪਦਾ ਬਚਾਅ ਰੱਖਿਓ, ਸੇਫ ਚੱਲਿਓ, ਹੈ ਨਾ। ਹੁੰਦਾ ਸਹੀ ਗੱਲ ਆ, ਤੁਹਾਡਾ ਧੰਨਵਾਦ ਬਾਈ, ਤੁਸੀਂ ਫਿਕਰ ਕਰਦੇ ਹੋ ਉਸ ਗੱਲ ਦਾ। ਪਰ ਜਿਹੜਾ ਉਹ ਰੈੱਡ ਅਲਰਟ ਜਾਰੀ ਕੀਤਾ ਉਹ ਮੰਡੀ ਦੇ ਇਲਾਕੇ ਵਿੱਚ ਕੀਤਾ, ਸ਼ਿਮਲੇ ਜ਼ਿਲ੍ਹੇ 'ਚ ਕੀਤਾ, ਅਤੇ ਉਸ ਇਲਾਕੇ ਦੇ ਵਿੱਚ ਆ ਜਿੱਥੇ ਹੁਣ ਆਪਾਂ ਫਿਰਦੇ ਹਾਂ, ਜ਼ਿਲ੍ਹਾ ਕਨੌਰ ਆ। ਇੱਥੇ ਮੀਂਹ ਜਾਂਦੇ ਵਾਰ ਦੀ ਮਾਨਸੂਨ ਜੀ ਆ, ਮਾੜੇ ਮੋਟੇ ਕਣੀਆਂ ਕੁਣੀਆਂ ਜਿਹਾ ਪੈਂਦੀਆਂ ਨੇ, ਉਹਨਾਂ ਤਕੜਾ ਮੀਂਹ ਨਹੀਂ ਪੈਂਦਾ। ਆਪਾਂ ਸਤਲੁਜ ਦਰਿਆ ਦੇ ਨੇੜੇ ਤੇੜੇ ਸਫ਼ਰ ਕਰੀ ਜਾਂਦੇ, ਸਤਲੁਜ ਦੇ ਵਿੱਚ ਪਾਣੀ ਤੇਜ਼ ਵਗ ਰਿਹਾ, ਪਰ ਜਿਹੜੇ ਇੱਥੋਂ ਦੇ ਲੋਕਲ ਲੋਕ, ਉਹਨਾਂ ਨੂੰ ਪੁੱਛਿਆ ਸੀ, ਉਹ ਕਹਿੰਦੇ ਵੀ ਸਤਲੁਜ ਦਾ ਪਾਣੀ ਹੁਣ ਘੱਟ ਰਿਹਾ, ਘੱਟ ਆ ਪਾਣੀ, ਜਿੰਨਾ ਲੈਵਲ ਵੱਧਦਾ ਹੁੰਦਾ ਉਹ ਖਤਰੇ ਵਾਲੀ ਗੱਲਬਾਤ ਹੈ ਨਹੀਂ। ਇੱਧਰ ਬਿਲਕੁਲ ਸੇਫ ਇਲਾਕਾ, ਜਿਵੇਂ ਜਿਵੇਂ ਹੁਣ ਆਪਾਂ ਗਾਂਹ ਨੂੰ ਜਾਈ ਜਾਵਾਂਗੇ ਟਰਾਂਸ ਹਿਮਾਲਿਆ ਵੱਲ ਜਾਵਾਂਗੇ ਆਪਾਂ, ਉਵੇਂ ਉਵੇਂ ਜਿਵੇਂ ਪੂਹ ਪਹੁੰਚ ਗਏ, ਗਾਂਹ ਨਾਕੋ ਪਹੁੰਚ ਗਏ, ਉੱਥੇ ਮੀਂਹ ਬਿਲਕੁਲ ਹੀ ਨਹੀਂ ਪੈਂਦੇ, ਕਿਉਂਕਿ ਉਹ ਟਰਾਂਸ ਹਿਮਾਲਿਆ ਬਹੁਤ ਉਚਾਈ ਹਲਟੀਟਿਊਡ ਆ ਜਾਂਦਾ। ਤਾਂ ਕਰਕੇ ਤੁਸੀਂ ਵੀਡੀਓ ਨੂੰ ਇੰਜੋਏ ਕਰੋ, ਨਜ਼ਾਰੇ ਲਓ ਬਾਈ, ਸੇਫ ਆ ਕੰਮ ਆਪਣਾ। ਠੀਕ ਹੈ ਦੇਬੇ ਬਾਈ, ਧੰਨਵਾਦ ਸਾਡੇ ਫਿਕਰ ਕਰਨ ਲਈ ਭਰਾਵਾਂ ਦਾ। ਆਪਾਂ ਕਲਪਾ ਵੱਲੋਂ ਆਏ ਹਾਂ, ਕਲਪਾ ਇੱਥੇ ਆ, ਰਕਾਂਗ ਪੀਓ ਸਾਹਮਣੇ ਦਿਸੀ ਜਾਂਦਾ, ਇਹ ਸ਼ਹਿਰ ਐਂ ਹੁੰਦੇ ਆ, ਰਕਾਂਗ ਪੀਓ ਕਲਪਾ। ਠੀਕ ਆ, ਹੁਣ ਆਪਾਂ ਪਾਂਗੀ ਵੱਲ ਵਧੀ ਜਾਂਦੇ ਹਾਂ, ਅਤੇ ਥੱਲੇ ਆਪਾਂ ਗੱਲ ਕੀਤੀ ਸੀ ਵੀ ਨੈਸ਼ਨਲ ਹਾਈਵੇ 5 ਵਗਦਾ, ਉਹ ਸਤਲੁਜ ਦਰਿਆ ਚੱਲੀ ਜਾਂਦਾ, ਨਾਲ ਵਗੀ ਜਾਂਦਾ, ਅਤੇ ਨਾਲ ਨਾਲ ਉਹਦੇ ਨੈਸ਼ਨਲ ਹਾਈਵੇ 5 ਆ, ਜਿਹੜੀ ਸੜਕ 'ਤੇ ਆਪਾਂ ਸਫ਼ਰ ਕਰੀ ਜਾਂਦੇ ਹਾਂ, ਇਸ ਸੜਕ ਨੇ ਉਹਦੇ ਬਰਾਬਰ ਹੀ ਜਾਣਾ ਦੇ ਬਾਈ। ਆਹ ਜਿਹੜੀ ਸੜਕ ਜਾਂਦੀ ਆ ਲਿੰਕ ਰੋਡ ਜੀ ਆ, ਇਹ ਪੁਰਾਣੀ ਤਿੱਬਤ ਰੋਡ ਆ, ਸਿਲਕ ਰੂਟ, ਆਪਾਂ ਇਹਦੇ ਸਫ਼ਰ ਕਰਨਾ ਨਾਲੋਂ ਨਾਲ, ਅਤੇ ਉਹ ਨੈਸ਼ਨਲ ਹਾਈਵੇ ਥੱਲੇ ਆ ਇਹਦੇ, ਹੈ ਤਾਂ ਬਰਾਬਰ ਹੀ ਆ ਨਾ ਇਹਦੇ, ਛਾਲ ਮਾਰ ਲੈ ਸਤ ਲੋ, ਜਿੱਥੋਂ ਚੁੱਪ ਜਾ ਇੱਥੋਂ ਖੜਕਾ ਨਹੀਂ ਸੁਣਦਾ, ਇਹਦਾ ਨੇੜੇ ਬਹੁਤ ਖਰੂ ਪਾਉਂਦਾ ਇਹ। ਚੱਲੀਏ ਭਾਅ ਜੀ, ਉੱਤੇ ਹਵਾ ਤੇਜ਼ ਨਾ, ਹਵਾ ਵੱਜੀ ਜਾਂਦੀ ਆਪਣੇ ਕੰਨਾਂ 'ਚ। ਹਾਂ ਇੱਥੋਂ ਵਿਊ ਵਧੀਆ ਬਣਦੇ ਆ, ਨੈਸ਼ਨਲ ਹਾਈਵੇ ਥੱਲੇ ਦੀਦਾ ਨਹੀਂ ਦੇਬਿਆ ਕੁਛ, ਰਕਾਂਗ ਪੀਓ ਆਉ ਸੀ ਬਾਈ, ਆਉ ਸੀ ਰਕਾਂਗ ਪੀਓ। ਜਦੋਂ ਸਾਈਕਲ ਦੀ ਚੈਨ ਵਾਹਵਾ ਚੱਲ ਜੇ ਤਾਂ ਉਹਨੂੰ ਲਿਊਬ ਕਰਨਾ ਜ਼ਰੂਰੀ ਹੁੰਦਾ, ਲਿਊਬ ਆ ਚਿੱਟੀ ਦਵਾਈ ਜੀ ਹੁੰਦੀ ਆ, ਇਹ ਲਾ ਕੇ ਧੌਣ ਟੁੱਟ ਗਈ ਵੀਰੇ, ਨਾਈਸ ਧੌਣ ਤੇਰੀ, ਪੁੱਠਾ ਘੁਮਾ ਕੇ ਦੇ ਬਾਈ, ਬਸ ਇਹ ਨਿਗੇ ਨਾਲ ਕੰਮ ਬਣ ਜਾਂਦਾ ਇਹ। ਕਿਵੇਂ ਆ ਦੇਵ,
ਇੱਥੇ ਚੜ੍ਹਾਈ ਕਰੜੀ ਹੋ ਗਈ ਸੀ ਨਾ। ਪਾਂਗੀ ਪਹੁੰਚ ਗਏ ਬਾਈ ਆਪਾਂ, ਸਾਹਮਣੇ ਪਾਂਗੀ ਦੇ ਘਰ, ਇੱਥੋਂ ਨਹੀਂ ਦੀਂਦੇ, ਗਾਂ ਜਾ ਕੇ ਤੁਰ ਕੇ ਦਿਸਣਗੇ, ਗਾਂ ਜਾ ਕੇ ਦੇਖ ਲਾਂਗੇ ਕੋਈ ਨਾ। ਪਾਂਗੀ ਰਾ ਰੰਗ ਐਂਡ ਸੋ ਔਨ। ਜ਼ਿਲ੍ਹਾ ਕਨੌਰ ਦਾ ਨਿੱਕਾ ਜਿਹਾ ਪਿੰਡ ਕਹਿ ਲਓ ਜਾਂ ਕਸਬਾ, ਇਹਦਾ ਨਾਮ ਆ ਪਾਂਗੀ। ਪਾਂਗੀ ਬਾਬਾ ਜੀ ਦੇਵ ਯਾਰ, ਇਹ ਉਹ ਤਾਂ ਪਹਾੜ 'ਤੇ ਵਸਿਆ ਤੇ ਇੱਧਰ ਵੀ ਸੀਗਾ, ਡਬਲਾ ਕੰਮ ਇਹਦਾ। ਸੇਬਾਂ ਦੀ ਖੇਤੀ ਕਰਦੇ ਇਹਦੇ ਵੀ, ਅਤੇ ਆ ਸੇਬ ਗੋਲਡਨ ਅਤੇ ਰੋਇਲ ਅੱਡੋ ਅੱਡੀਆਂ ਵਰਾਇਟੀਆਂ ਇਹਨਾਂ ਦੀਆਂ। ਪਾਂਗੀ ਦੇ ਵਿੱਚ ਪੁਲਿਸ ਚੌਂਕੀ ਬਣੀ ਹੋਈ ਆ, ਪੁਲਿਸ ਚੌਂਕੀ ਪਾਂਗੀ। ਚੜ੍ਹਾਈ ਚੜ੍ਹ ਜਾਂਦੇ ਹਾਂ, ਉੱਤਰ ਜਾਂਦੇ ਹਾਂ, ਇਵੇਂ ਤਾਂ ਸਫ਼ਰ ਚੱਲੀ ਜਾਂਦਾ। ਇੱਥੇ ਆ ਕੇ ਦੋ ਰਾਹ ਪਾਟ ਗਏ, ਇੱਕ ਤਾਂ ਨੂੰ ਜਾਂਦਾ, ਇਹ ਵੀ ਤਾਂ ਹੀ ਜਾਂਦਾ ਦਿਬਿਆ ਊਂਟ ਥੱਲੇ ਨੂੰ ਜਾਂਦਾ ਇਹ, ਪਰ ਨੈਸ਼ਨਲ ਹਾਈਵੇ ਦੇ ਉੱਤੋਂ ਉੱਤੋਂ ਦੀ ਰਹਿਣਾ ਇਹਨੇ। ਉਹ ਸਤਲੁਜ ਬਗੀਆਂ ਦਾ ਝੀਥ ਪਈ ਦੀ, ਨਿੱਕੀਆਂ ਨਿੱਕੀਆਂ ਕਣੀਆਂ ਵੀ ਚਾਲੂ ਹੋ ਗਈਆਂ। ਆ ਜਾ ਕੇ ਸਾਰਾ ਰਾਹ ਹਾਈ ਆ ਕੁਦਿਆ, ਸਾਰਾ ਨੈਸ਼ਨਲ ਹਾਈਵੇ ਆ, ਰਸਤਾ ਕੱਚਾ ਹੈ ਮਗਰ ਅੱਛਾ ਹੈ। ਰਾਰੰਗ ਤੱਕ ਤਾਂ ਵੇਖੋ ਇੱਧਰ ਚਿੱਤਰਾ ਜੀ ਆ ਪੂਰਾ ਮਾਹੌਲ, ਓਕੇ ਰਿਪੋਰਟ ਜਮਾ ਇੱਕ ਨੰਬਰ ਮਾਹੌਲ ਆ। ਆਪਣੇ ਸਫ਼ਰਾਂ ਦੇ ਵਿੱਚ ਆਪਾਂ ਮਾਰੂਥਲਾਂ, ਜੰਗਲਾਂ, ਪਹਾੜਾਂ ਸਾਰੇ ਕਿਤੇ ਸਾਈਕਲ ਚਲਾਇਆ, ਹਰੇਕ ਥਾਂ 'ਤੇ ਵੱਖੋ ਵੱਖਰੇ ਰਾਹ ਮਿਲਦੇ ਹੁੰਦੇ ਕਈ ਵਾਰੀ। ਅੱਜ ਜਿਵੇਂ ਆਪਾਂ ਇੱਥੇ ਫਿਰਦੇ, ਇੱਥੇ ਪਹਾੜਾਂ ਦਾ ਰੰਗ ਹੋਰ ਹੀ ਆ, ਕੱਕਾ ਰੇਤਾ ਜਾ। ਇੱਥੇ ਰੋਡ ਜੇ ਬਣੇ ਹੋਏ ਆ, ਥੱਲੇ ਸੜਕ ਨਹੀਂ ਬਣੀ ਹੋਈ ਇਹ। ਆਪਾਂ ਰਾਰੰਗ ਜਾ ਕੇ ਵੱਡੀ ਸੜਕ 'ਤੇ ਚੜ੍ਹ ਜਾਂਗੇ ਨੈਸ਼ਨਲ ਹਾਈਵੇ 'ਤੇ, ਉਦੋਂ ਬਾਅਦ ਆਪਾਂ ਉੱਧਰਲੇ ਰੰਗ ਢੰਗ ਦੇਖਾਂਗੇ ਰੂਪਾ ਵੈਲੀ ਵਾਲੇ। ਨਹੀਂ ਯਾਰ ਫਰਕ ਬਹੁਤ ਪੈ ਜਾਂਦਾ ਦੇਵ, ਹੈ ਨਾ। ਉਹ ਦੇਖ ਲਾ ਤੇ ਵੀ ਉਹ ਆ ਸ਼ਹਿਰ ਕਾਂਗ ਪੀਓ, ਪਹਾੜਾਂ ਦੇ ਤੁਰੇ ਫਿਰਦੇ ਸ਼ਹਿਰ ਸ਼ੂਰ 'ਚ ਉਵੇਂ ਦਿਸੀ ਜਾਂਦੇ ਆ। ਉਦੋਂ ਬਲ ਪੈ ਜਾਂਦਾ ਇਹ, ਸਤਲੁਜ ਦਾ ਖੜਕਾ ਸੁਣਨ ਲੱਗ ਗਿਆ ਆਪਾਂ ਨੀਵੇਂ ਆਈ ਜਾਂਦੇ ਦੇਵ ਹੁਣੇ ਦਾ ਮਤਲਬ। ਹਾਂ ਪਹਾੜਾਂ ਦਾ ਰੰਗ ਢੰਗ ਇਹ ਤੋਂ ਬਾਅਦ ਬਿਲਕੁਲ ਬਦਲ ਜਾਣਾ, ਹਰਾ ਪਹਾੜ, ਸੁੱਕਾ ਪਹਾੜ, ਗਾਂ ਜਾ ਕੇ ਖੁਸ਼ਕ ਚੱਲ ਪੈਣਗੇ ਵੇਖੀ। ਓਏ ਦਰਖਤ ਦਾ ਦੇਵ ਆ ਵੀ ਚੀੜ ਚੂੜਦੇ ਆ, ਇਹ ਦਰਖਤ ਦਾ ਵੀ ਚੀੜ ਚੂੜਦੇ ਪਰ ਖੁਸ਼ਕੀ ਨਾਲ ਡਚਲ ਜੇ ਹੋ ਗਏ ਇਹ, ਤਾਂ ਸਾਨੂੰ ਨਹੀਂ ਵਧੇ ਵਧੇ। ਹਾਂ ਗਰੀਬੀ ਦਾ ਵਾ ਇਹਨਾਂ 'ਤੇ। ਇੱਥੇ ਦੇਵੇ ਬੋਰਡ ਲੱਗਿਆ ਹੋਇਆ ਕਹਿੰਦੇ ਕਸ਼ਾਗ ਨਦੀ ਕੇ ਪਾਸ ਨਾ ਜਾਓ, ਪਾਣੀ ਕਾ ਸਤਰ ਬੜ ਸਕਤਾ ਹੈ। ਆ ਲੈ ਕੱਲ੍ਹ ਇੱਕ ਬਾਈ ਨਾ ਕਹਿੰਦਾ ਕਮੈਂਟ ਕਰਕੇ ਕਹਿੰਦਾ ਬਈ ਚੋਕਲੇਟ ਨਾ ਖਾਇਆ ਕਰੋ, ਕੋਈ ਚੰਗੀ ਚੀਜ਼ ਖਾ ਲਿਆ ਕਰੋ, ਚੋਕਲੇਟ ਬਾਈ ਚੰਗੀਆਂ ਚੀਜ਼ਾਂ 'ਚ ਆਉਂਦੀ ਆ ਇਹ ਕੋਈ ਮਾੜੀ ਗੱਲ ਨਹੀਂ। ਅੱਛਾ ਸਾਹਮਣੇ ਪਹਾੜਾਂ ਦੀ ਵੀ ਬਣਦੀ ਹੁੰਦੀ ਹੈ, ਜ਼ਿਆਦਾਤਰ ਵੀ ਬਣ ਗਈ ਇਸ ਤਰ੍ਹਾਂ, ਉਹ ਸਤਲੁਜ ਵਗਦਾ। ਜਿਹੜੇ ਸ਼ਹਿਰ ਹੁੰਦੇ ਆ ਜਾਂ ਪਿੰਡ ਹੁੰਦੇ ਆ ਉਹ ਪਹਾੜ ਦੇ ਥੱਲੇ ਨਹੀਂ ਹੁੰਦੇ, ਥੱਲੇ ਦਰਿਆਈ ਵਗਦਾ ਹੁੰਦਾ। ਜਿਵੇਂ ਉਹ ਪਿੰਡ ਵਸਿਆ ਹੋਇਆ, ਪਾਂਗੀ ਇੱਥੇ ਵਸਿਆ ਹੋਇਆ ਸੀ, ਕਲਪਾ ਇੱਥੇ ਵਸਿਆ ਸੀ, ਰਕਾਂਗ ਪੀਓ ਉੱਥੇ ਵਸਿਆ ਸੀ, ਮਤਲਬ ਕਿ ਜੜ੍ਹ 'ਚ ਨਹੀਂ ਹੁੰਦਾ ਕੁਛ ਵੀ, ਸਾਰੇ ਪਹਾੜਾਂ ਦੇ ਉੱਧਰ ਉੱਧਰ ਹੀ ਵਸੇ ਹੁੰਦੇ ਆ, ਹਰੇਕ ਦੋਵੇਂ ਪਾਸੇ ਪਹਾੜਾਂ ਦੇ ਉੱਤੇ ਚੜ੍ਹਨ ਲਈ ਰਾਹ ਬਣੇ ਹੁੰਦੇ ਆ। ਹੁਣ ਆਪਾਂ ਉੱਧਰ ਨੂੰ ਵਧੀ ਜਾਂਦੇ ਰਾਰੰਗ ਵੱਲ, ਸਾਹਮਣੇ ਤਿੱਖੀ ਚੜ੍ਹਾਈ ਆ ਅਤੇ ਉਦੋਂ ਗਾਇਆ ਕਿ ਕਸ਼ਾਂਗ ਵਾਟਰਫਾਲ ਆ, ਵਾਟਰਫਾਲ ਨਹੀਂ ਯਾਰ ਉਹ ਕੀ ਕਹਿੰਦੇ ਹੁੰਦੇ ਬਰਸਾਤੀ ਨਾਲਾ ਉਹ। ਹਵਾ ਉੱਚੇ ਥਾਂ 'ਤੇ ਆ ਪੂਰੀ ਤੇਜ਼ ਵਗਦੀ ਆ ਅਤੇ ਹਵਾ ਵੀ ਠੰਡੀ ਆ ਇੱਥੇ। ਜਿਹੜੀ ਸੜਕ ਦੇ ਉੱਤੇ ਆਪਾਂ ਅੱਜ ਸਫ਼ਰ ਕਰੀ ਜਾਂਦੇ ਹਾਂ ਇਹ ਸੜਕ ਤਿੱਬਤ ਰੋਡ ਆ, ਜਿਵੇਂ ਕਿ ਆਪਾਂ ਪਹਿਲਾਂ ਦੱਸਿਆ ਸੀ ਚੀਨ ਵੱਲ ਜਾਂਦੀ ਆ। ਇਹ ਸੜਕ ਨੂੰ ਬਣਾਉਣ ਦਾ ਕੰਮ ਹੁਣ ਚੱਲੀ ਜਾਂਦਾ, ਬੱਜਰ ਪਾਇਆ ਵਾ, ਲੋਕ ਇਹਦੇ ਉੱਤੇ ਪਾਉਣੀ ਸ਼ੁਰੂ ਕਰ ਦੇਣਗੇ। ਜਿਵੇਂ ਆਹ ਨੋਚਾਂ ਬੰਨੀਆਂ ਹੋਈਆਂ ਨੇ, ਕੰਧਾਂ ਕੱਢੀਆਂ ਹੋਈਆਂ ਵੀ ਕੋਈ ਲੈਂਡ ਸਲਾਈਡ ਹੋਰ ਨਾ ਹੋਵੇ ਇੱਧਰ। ਇਹ ਸੜਕ ਨੂੰ ਤਕੜਾ ਕਰਨ ਦਾ ਜਾਂ ਬਣਾਉਣ ਦਾ ਕਾਰਨ ਇਹ ਆ ਵੀ ਜੇ ਕੱਲ੍ਹ ਨੂੰ ਕਿਤੇ ਚੀਨ ਨਾਲ ਕੋਈ 19-21 ਹੁੰਦੀ ਆ ਤਾਂ ਜਿਹੜੀ ਨੈਸ਼ਨਲ ਹਾਈਵੇ ਥੱਲੇ ਵਗੀ ਜਾਂਦੀ ਆ, ਜੇ ਲੈਂਡ ਸਲਾਈਡ ਨਾਲ, ਮੀਹਾਂ ਨਾਲ ਜਾਂ ਕਿਸੇ ਹੋਰ ਕਾਰਨ ਕਰਕੇ ਉਹ ਬੰਦ ਹੁੰਦੀ ਆ ਤਾਂ ਬੈਕਅਪ ਵਜੋਂ ਆਹ ਸੜਕ ਨਾਲ ਚੱਲਦੀ ਹੋਊਗੀ।
ਇੱਥੋਂ ਆਪਦਾ ਗੋਲੀ ਸਿੱਕਾ ਸਮਾਨ ਆ ਜਿਹੜਾ ਉਹ ਢੋਇਆ ਜਾ ਸਕਦਾ, ਇੱਧਰਲੇ ਲੋਕਾਂ ਦੇ ਜਿਹੜੇ ਪਿੰਡ ਵੱਸਦੇ ਆ ਉਹਨਾਂ ਤੱਕ ਸਮਾਨ ਪਹੁੰਚਾਉਣਾ ਸੌਖਾ ਰਹੂਗਾ। ਇਹ ਸੜਕ 'ਤੇ ਬਹੁਤ ਰੰਗ ਢੰਗ ਆ, ਹਰੇਕ ਥਾਂ 'ਤੇ ਥੋੜ੍ਹੇ ਸਮੇਂ ਬਾਅਦ ਇੱਕ ਨਵੀਂ ਤਰ੍ਹਾਂ ਦੇ ਪੱਥਰ ਆ ਜਾਂਦੇ ਆ। ਆਹ ਬੱਗੇ ਜੇ ਪੱਥਰ ਆ, ਇਹ ਵੱਡ ਵੱਡ ਸੁੱਟੀ ਜਾਂਦੇ ਆ, ਅੱਗੇ ਜੇਸੀਬੀਆਂ ਲੱਗੀਆਂ ਹੋਈਆਂ ਨੇ। ਇਹ ਰਾਹ ਨੂੰ ਸੜਕ ਨੂੰ ਛੇਤੀ ਬਣਾਉਣਾ ਕਹਿੰਦੇ ਵੱਡੇ ਪੱਧਰ 'ਤੇ। ਉਹ ਜਿਵੇਂ ਤੂੰ ਉੱਥੇ ਰੇਤਾ ਉੱਡੀ ਜਾਂਦਾ, ਉੱਥੇ ਜੇਸੀਬੀ ਪਰਲੇ ਪਾਸੋਂ ਪੱਥਰ ਪੱਟ ਪੱਟ ਕੇ ਥੱਲੇ ਸੁੱਟੀ ਜਾਂਦੀ ਹੈ। ਜਿਹੜਾ ਥੱਲੇ ਨੈਸ਼ਨਲ ਹਾਈਵੇ 5 ਆ, ਉਹ 1970 ਦੇ ਨੇੜੇ ਤੇੜੇ ਬਣਿਆ ਸੀ। ਜਿਹੜੀ 1962 ਦੇ ਵਿੱਚ ਭਾਰਤ ਅਤੇ ਚੀਨ ਦੀ ਜੰਗ ਹੋਈ ਸੀ, ਉਦੋਂ ਇੰਡੀਅਨ ਆਰਮੀ ਨੇ ਜਿੰਨਾ ਵੀ ਗੋਲੀ ਸਿੱਕਾ ਸੀਗਾ ਸਾਰਾ ਇਸ ਸੜਕ ਤੋਂ ਢੋਇਆ ਸੀਗਾ, ਜਿਹੜੀ ਰੋਡ 'ਤੇ ਆਪਾਂ ਸਫ਼ਰ ਕਰੀ ਜਾਂਦੇ ਹਾਂ। ਠੀਕ ਆ, ਨੈਸ਼ਨਲ ਹਾਈਵੇ ਬਾਅਦ 'ਚ ਬਣਿਆ। ਇਸ ਇਲਾਕੇ ਨੂੰ ਜਿੰਨੇ ਵੀ ਪਿੰਡ ਆਪਾਂ ਵੇਖੇ ਆ ਰਾਹ ਦੇ ਵਿੱਚ, ਸਰਾਣ ਹੋ ਗਿਆ, ਰੋੜੂ, ਬਰੀ, ਰੋਗੀ, ਇਹਨਾਂ ਪਿੰਡਾਂ ਵਿੱਚ ਦੀ ਵੱਖਰਾ ਰਾਹ ਨਿਕਲਦਾ ਸੀਗਾ ਇਹਨਾਂ ਪਿੰਡਾਂ ਦੇ ਵਿੱਚ। ਇਸ 2500 ਮੀਟਰ ਦੀ ਹਾਈਟ 'ਤੇ ਸਤਲੁਜ ਦਰਿਆ ਦੇ ਨਾਲ ਕੋਈ ਰਾਹ ਨਹੀਂ ਸੀ, ਸਤਲੁਜ ਦੇ ਨਾਲ ਕੋਈ ਪਿੰਡ ਵੀ ਨਹੀਂ ਹੈਗਾ ਹੁਣ ਤਾਂ ਕਰਕੇ। ਸਾਹਮਣੇ ਪਹਾੜ ਤੋਂ ਆਪਾਂ ਥੱਲੇ ਉੱਤਰ ਆਏ, ਆਹ ਨਾਲਾ ਪੈਂਦਾ ਜਿਹਦਾ ਰਾਹ ਵਿੱਚ ਬੋਰਡ ਲੱਗਿਆ ਸੀਗਾ ਵੀ ਭਾਈ ਬਚ ਕੇ ਚੱਲਿਓ। ਉਹ ਇੱਥੋਂ ਦਾ ਪੁਰਾਣਾ ਪੁਲ ਹੈ ਜਿੱਥੋਂ ਪਹਿਲਾਂ ਆਵਾਜਾਈ ਲੰਘਦੀ ਹੁੰਦੀ ਸੀ। ਹੁਣ ਆਪਾਂ ਇਸ ਪਹਾੜ ਦੇ ਨਾਲ ਨਾਲ ਸਫ਼ਰ ਕਰਨਾ, ਹੁਣ ਇੱਧਰ ਨੂੰ ਆਪਾਂ ਨੂੰ ਚੜ੍ਹਾਈ ਪੂਰੀ ਕਰਨੀ ਪੈਣੀ ਹੈ ਰਾਹ ਰੰਗ ਤੱਕ। ਅਤੇ ਰਾਹ ਰੰਗ ਇੱਥੋਂ ਕਿੰਨੇ ਕਿਲੋਮੀਟਰ ਦੂਰ ਰਹਿ ਗਿਆ ਇਹ ਆਪਾਂ ਦੇਖਿਆ ਨਹੀਂ। ਪਾਣੀ ਇੱਥੇ ਵਾਹਵਾ ਤੇਜ਼ ਵਗੀ ਜਾਂਦਾ ਇਹਦੇ ਨਾਲੇ ਦਾ, ਇਹ ਪਾਣੀ ਜਾ ਕੇ ਸਤਲੁਜ ਦਰਿਆ ਦੇ ਵਿੱਚ ਰਲ ਜਾਂਦਾ ਅੱਗੇ। ਨੀਰਜ, ਇਹ ਬਾਈ ਨੀਰਜ ਜ਼ਿਲ੍ਹਾ ਹੁਸ਼ਿਆਰਪੁਰ, ਇਹ ਵੀਰ ਹੁਣੀ ਇੱਥੇ ਉਹ ਜੇ ਸੀ ਬੀ 'ਤੇ ਕੰਮ ਕਰਦੇ ਆ ਡਰਾਈਵਰ ਵਜੋਂ। ਅਤੇ ਜਿੰਨਾ ਕਿ ਰਿਸਕੀ ਕੰਮ ਆ, ਤਨਖਾਹ ਬਹੁਤ ਘੱਟ ਮਿਲਦੀ ਹੈ ਇਸ ਕੰਮ ਦੇ ਵਿੱਚ। ਨਹੀਂ ਬਾਬਾ ਸੱਚੀ ਯਾਰ, ਤੁਸੀਂ ਤਾਂ ਜਮ੍ਹਾਂ ਪੱਥਰਾਂ ਨਾਲ ਮੱਥਾ ਲਾਉਂਦੇ ਆ। ਪਹਿਲਾਂ ਸੱਬਲਾਂ ਨਾਲ ਕੀ ਕਹਿੰਦੇ ਆ ਉਹਨੂੰ, ਬ੍ਰੋਕਰ, ਰੋਕ ਬ੍ਰੇਕਰ ਨਾਲ ਪਹਿਲਾਂ ਪੱਥਰ ਨੂੰ ਵੱਢਦੇ ਆ, ਫਿਰ ਜੇ ਸੀ ਬੀ ਨਾਲ ਲੱਦਾ ਲਵਾਈ ਕਰਦੇ ਆ। ਜਦੋਂ ਕਦੇ ਕੋਈ ਕਰੜਾ ਪੱਥਰ ਆ ਜਾਂਦਾ ਫਿਰ ਬਾਈ ਕਹਿੰਦਾ ਵੀ ਅਸੀਂ ਪਹਿਲਾਂ ਉੱਤੇ ਕੀ ਕਰਦੇ, ਡਾਇਨਾਮਾਈਟ ਲਾ ਕੇ ਉਹ ਬਲਾਸਟ ਕਰਦੇ ਆ, ਧਮਾਕਾ ਕਰਕੇ ਪੱਥਰ ਨੂੰ ਤੋੜਦੇ ਆ, ਫਿਰ ਥੱਲੇ ਸੁੱਟਦੇ ਆ। ਅਤੇ ਇਹ ਸੜਕ ਬਾਈ ਕਦੋਂ ਤੱਕ ਬੰਨ ਬੁੰਨ ਦਾ ਪਤਾ ਕੋਈ ਹੈ ਗੱਲਬਾਤ? ਜੇ ਸੀ ਬੀ ਦਾ ਕੰਮ ਪਹਾੜਾਂ ਦੇ ਵਿੱਚ ਜਿੰਨਾ ਔਖਾ ਤੇ ਕਲੜਾ ਹੁੰਦਾ ਉਸ ਹਿਸਾਬ ਨਾਲ ਤਨਖਾਹ ਬਹੁਤ ਘੱਟ ਆ। ਘੱਟੋ ਘੱਟ ਲੱਖਾਂ 'ਚ ਕੰਮ ਚਾਹੀਦਾ, ਕਿਉਂਕਿ ਚੱਤੋ ਪੈਰੀ ਜਾਣ ਤਲੀ ਦੇ ਧਰਨ ਵਾਲੀ ਗੱਲ ਆ। ਬਾਈ ਹੁਣ ਆਪ ਕਿਆ ਕਹਿੰਦਾ, ਤੁਹਾਨੂੰ ਮੈਂ ਲਾਂਘਾ ਬਣਾ ਕੇ ਦਿੰਦਾ ਅਤੇ ਟੱਪ ਜਾਓ। ਵੈਸੇ ਇਹ ਰਾਹ ਚੱਲਦਾ, ਜੀਪਾਂ ਟੱਪਦੀਆਂ ਨੇ, ਕਾਰਾਂ ਕੂਰਾਂ ਥੱਲੇ ਲੱਗ ਜਾਂਦੀਆਂ ਇੱਥੇ, ਮਾੜੀ ਮੋਟੀ ਕੋਈ ਬਰਲੀ ਟਾਮੀ ਕਾਰ ਟੱਪ ਜੇ ਟੱਪ ਜੇ। ਵੈਸੇ ਇਹ ਹੋਰ ਮਹੀਨੇ ਤੱਕ ਇਹਨੂੰ ਤਿਆਰ ਕਰਨਗੇ ਚੰਗੀ ਤਰ੍ਹਾਂ। ਠੀਕ ਆ ਬਾਈ, ਲੋਟ ਆ ਕਹਾਣੀ, ਚੱਕਟ ਵਾਲਾ ਦੇਵੇ ਬਾਈ। ਠੀਕ ਆ ਨੀਰਜ ਬਾਈ, ਓਕੇ। ਰਾਹ ਰੰਗ ਦੇਬਿਆ 2.5 ਕਿਲੋਮੀਟਰ ਹੈਗਾ ਇੱਥੋਂ, ਇੱਧਰ ਹੀ ਆ ਨਾ, 2.5 ਆ। ਇਹ ਬਾਈ ਹੁਣੀ ਚੌਲ ਧਰੀ ਬੈਠੇ ਆ। ਆਪ ਉਹਨਕੇ ਸਾਥ ਹੋ, ਜੇ ਸੀ ਬੀ ਵਾਲੇ ਸਾਥ? ਆਪ ਕੀ ਮਸ਼ੀਨ ਇੱਧਰ ਲੱਗੀ ਹੋਈ ਹੈ? ਅੱਡੋ ਅੱਡ ਮਸ਼ੀਨਾਂ ਨੂੰ ਨਾ ਥਾਂ ਵੰਡ ਕੇ ਦਿੱਤੇ ਹੋਏ ਆ, ਜਿਵੇਂ ਖਾਲਸ ਮਾਰਨ ਵੇਲੇ ਨਹੀਂ ਮਿਣ ਦਿੰਦੇ ਹੁੰਦੇ ਵੀ ਇੰਨਾ ਤੁਸੀਂ ਸਮਾਰੋ, ਉਸ ਗੱਲ ਵਾਂਗੂ ਆ। ਇੱਧਰ ਜਿਹੜੇ ਪਹਾੜਾਂ ਦੇ ਉੱਤੇ ਤ੍ਰਿੜਾਂ ਆਈਆਂ ਹੋਈਆਂ, ਜੇ ਸੀ ਬੀ ਵਾਲੇ ਬਾਈ ਨੇ ਦੱਸਿਆ ਕਹਿੰਦਾ ਇਹੋ ਜਿਹੇ ਪਹਾੜਾਂ ਨੂੰ ਪਹਿਲਾਂ ਡੇਗ ਲਿਆ ਜਾਂਦਾ, ਕਿਉਂਕਿ ਇਹਨਾਂ ਦਾ ਖਤਰਾ ਹੁੰਦਾ ਜੇ ਸੀ ਬੀ ਵਾਲੇ ਦੇ ਉੱਤੇ ਡਿੱਗਣ ਦਾ। ਇਹ ਹੋਰ ਆ ਦੇਵ, ਉਹ ਚੱਕ ਕੇ ਮਲਬਾ ਥੱਲੇ ਛੱਡਦੇ ਸੀ, ਇਹ ਡਰਿਲਿੰਗ ਕਰਦੇ ਆ ਥੌੜਾ ਇਹਨਾਂ ਕੋਲ, ਇਹ ਪੱਥਰ ਭੰਨੀ ਜਾਂਦੇ ਆ। ਚੱਕੇ ਟਪਾਉਣਾ ਪੈਣਾ ਦੇਵ ਬਾਈ, ਓਏ। ਪਹਾੜਾਂ 'ਚ ਸੜਕਾਂ ਬਣਾਉਣਾ ਬਹੁਤ ਔਖਾ ਕੰਮ ਹੁੰਦਾ। ਇੱਕ ਪਾਸਿਓਂ ਸੜਕ ਥੱਲੇ ਡਿੱਗ ਪੈਂਦੀ ਆ, ਦੂਜੇ ਪਾਸਿਓਂ ਪੱਥਰ ਸੜਕ ਉੱਤੇ ਡਿੱਗ ਪੈਂਦਾ। ਠੀਕ ਆ, ਲੁੱਕ ਢੋਣੀ, ਬਜਰੀ ਢੋਣੀ, ਲੇਬਰ, ਵੱਡੀ ਗੱਲਬਾਤ ਹੁੰਦੀ ਆ। ਜਿਵੇਂ ਆਹ ਇੱਥੇ ਇੱਕ ਲਾਈ ਹੋਈ ਆਹ ਟਰਾਲੀ, ਉਹ ਥੱਲੇ ਮਸਾਲਾ ਰਲਾਉਂਦੇ ਆ, ਉੱਥੇ ਮਸਾਲਾ ਰਲਾ ਕੇ ਇਹਦੇ ਵਿੱਚ ਦੀ ਫਿਰ ਤਾਹਾਂ ਲੈ ਕੇ ਆਉਂਦੇ, ਉੱਥੇ ਬਜਰੀ, ਸੀਮਿੰਟ, ਰੇਤਾ, ਰਾਵਾ ਸਾਰਾ ਸਮਾਨਾ ਪਿਆ। ਠੀਕ ਆ, ਐਂ ਹੁੰਦਾ ਕੰਮ, ਨੋਚਾਂ ਬੰਨ ਲੀਆਂ ਅਤੇ ਹੁਣ ਬਣਾਈ ਜਾਂਦੇ ਆ। ਦੇਖ ਧੁੱਪ ਕਿੰਨੀ ਕਰੜੀ ਲੱਗਦੀ ਇੱਕਦਮ, ਹੈ ਨਾ। ਚੱਲ ਉਹ ਸਾਹਮਣੇ ਰਾਰੰਗ ਦਿਸੀ ਜਾਂਦਾ ਹੁਣ ਆਪਾਂ ਨੂੰ।
ਇਹੋ ਜਿਹੇ ਰਾਹਾਂ 'ਤੇ ਸਾਈਕਲ ਉੱਤੇ ਚੜ੍ਹ ਕੇ ਚਲਾਉਣਾ ਗਲਤ ਹੁੰਦਾ। ਉਹਦਾ ਕਾਰਨ ਇਹ ਆ ਕਿਉਂਕਿ ਨਿੱਕੇ ਥੱਲੇ ਡਲੀਆਂ ਪਈਆਂ, ਇਹ ਚੁੰਝਾਂ ਵਾਲੀਆਂ। ਜੇ ਬੰਦਾ ਸਾਈਕਲ ਦੇ ਉੱਤੇ ਬੈਠੂਗਾ ਤਾਂ ਇਹ ਟਾਇਰ ਨੂੰ ਭਰਿਆੜ ਕਰ ਸਕਦੀਆਂ। ਇਹ ਚੱਲਦੇ ਬਈ ਓਏ ਦਰਿਆ ਸਤਲੁਜ ਦਾ ਪੰਜਾਬ ਦੇ ਇਤਿਹਾਸ 'ਤੇ ਬੜਾ ਵੱਡਾ ਪ੍ਰਭਾਵ ਆ। ਇਸੇ ਸਤਲੁਜ ਦੇ ਕੰਢੇ 'ਤੇ ਗੁਰਦੁਆਰਾ ਭਪੂਰ ਸਾਹਿਬ ਬਣਿਆ ਹੋਇਆ, ਜਿੱਥੇ ਦਸਵੇਂ ਪਾਤਸ਼ਾਹ ਨੇ ਜਾਪ ਸਾਹਿਬ ਦੀ ਬਾਣੀ ਲਿਖੀ ਸੀ। ਪੰਜਾਬ ਦੇ ਵਿੱਚ ਜਿਹੜਾ ਸਤਲੁਜ ਆ, ਲੁਧਿਆਣੇ ਵਾਲਾ ਜਿਹਨੂੰ ਬੁੱਢਾ ਨਾਲਾ ਕਹਿੰਦੇ ਆ, ਅਸਲ 'ਚ ਉਹ ਬੁੱਢਾ ਦਰਿਆ ਹੁੰਦਾ ਸੀ ਪਹਿਲਾਂ, ਪ੍ਰਦੂਸ਼ਿਤ ਕਰਕੇ ਚੱਲ ਨਾਲਾ ਬਣਾਤਾ, ਉਹਦਾ ਪਾਣੀ ਵੀ ਇਹਦੇ ਵਿੱਚ ਪੈਂਦਾ। ਉਹ ਇੱਕ ਉਹ ਹੋ ਗਿਆ, ਉਹ ਵੀ ਸਹਾਇਕ ਆ ਇਹਦਾ ਸਤਲੁਜ ਦਾ। ਅਤੇ ਜੇਬ ਜਿਹੜੀ ਸੁਲਤਾਨਪੁਰ ਲੋਧੀ ਵੇਈ ਨਦੀ ਆ, ਵੇਈ ਨਦੀ ਵੀ ਬਰਸਾਤੀ ਨਾਲਾ ਹੀ ਇੱਕ ਤਰ੍ਹਾਂ ਦਾ, ਉਹ ਵੀ ਮੀਹਾਂ ਦਾ ਪਾਣੀ ਆਉਂਦਾ ਹੁੰਦਾ ਸੀਗਾ, ਉਹ ਵੀ ਸਤਲੁਜ ਦੀ ਸਹਾਇਕ ਆ। ਸਤਲੁਜ ਪਾਣੀ ਆ ਕੇ ਡਿੱਗਦਾ ਵੇਈ ਦਾ। ਅਤੇ ਤੂੰ ਕਿਵੇਂ ਜਵਾਕਾਂ ਨੂੰ ਡੀਟੀਆਂ ਇਕੱਠੀਆਂ ਕਰੀ ਜਾਂਦਾ ਬਾਈ? ਸੋਹਣੀਆਂ ਲੱਗੀਆਂ, ਸੋਹਣੀਆਂ ਲੱਗੀਆਂ ਹੈ ਤਾਂ ਬਾਈ ਬਾਹਲਾ ਕੁਝ ਸੋਹਣਾ ਲੱਗੂਗਾ। ਇੰਨਾ ਭਜਨ ਕਿਵੇਂ ਲੈ ਕੇ ਜਾਵਾਂਗੇ? ਇਹ ਭਾਈ ਜਵਾਕਾਂ ਨੂੰ ਡੀਟੀਆਂ ਖੇਡਦਾ ਹੱਥ ਨੇ। ਦੇਵ ਦੀਆਂ ਡੀਟੀਆਂ ਤੋਂ ਗੱਲ ਯਾਦ ਆ ਗਈ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਐਮਾਜ਼ੋਨ ਦੀਆਂ ਨਾ ਦੇਵੇ ਮਸ਼ਹੂਰੀਆਂ ਆਈਆਂ ਪਈਆਂ ਹੁੰਦੀਆਂ ਫੇਸਬੁੱਕ 'ਤੇ ਮੂਹਰੇ, ਉਹਦੇ 'ਚ ਆਹੀ ਜਿਹੜੀਆਂ ਬੱਜਰੀਆਂ ਜਿਹੀਆਂ ਪਈਆਂ ਹੁੰਦੀਆਂ ਡਲੀਆਂ ਜੀਆਂ, ਇਹ ਘਰੇ ਡਿਲੀਵਰ ਕਰਦੇ ਆ ਪੈਸੇ ਲੈ ਕੇ। ਪਾਥੀਆਂ ਵੀ ਕਰਦੇ ਆ, ਸਵਾਹ ਵੀ ਕਰਦੇ ਆ, ਤੂੜੀ ਵੀ ਕਰਦੇ ਆ, ਸਾਰਾ ਸਮਾਨਾ ਉਹ ਘਰੋ ਘਰੀ ਪਹੁੰਚਾ ਦਿੰਦੇ ਆ। ਆਹ ਜਿੰਨੀਆਂ ਤੂੰ ਚੱਕੀ ਫਿਰਦਾ ਨਾ ਹੱਥ 'ਚ, ਇਹਨੇ 250 ਤੇ ਵੱਟ ਲੈਣੇ ਸੀ ਉਹਨਾਂ ਨੇ ਚੈੱਕ। ਹਾਂ ਨਾਈਸ। ਹਿਮਾਚਲ ਦਾ ਖੈਰ ਇਹ ਤਾਂ ਸੁੱਖ ਆ, ਬੰਦੇ ਕੋਲ ਖਾਣ ਪੀਣ ਨੂੰ ਸਮਾਨ ਨਾ ਹੋਵੇ ਤਾਂ ਸਿਹਤ ਟੱਕਰ ਹੀ ਜਾਂਦਾ ਕਿਤੇ ਨਾ ਕਿਤੇ, ਮਾੜਾ ਮੋਟਾ ਪੜਦੇ ਜਾਂਦਾ ਦਾਲ ਵਾਲੇ ਦੇ ਵੀ। ਚੋਰੀ ਆਹ ਚੋਰੀ ਜਾਇਜ਼ ਆ, ਜੇ ਤੁਸੀਂ ਲਾਲਚ ਕਰੋ ਵੀ ਮੈਂ ਵੱਧ ਤੋੜ ਕੇ ਲੈ ਜਾਂ, ਝੋਲਾ ਭਰ ਲਾਂ, ਉਹ ਛਿੱਤਰਾਂ ਵਾਲੀ ਚੋਰੀ ਹੁੰਦੀ ਆ, ਆਹ ਜੈਨੂਨ ਚੋਰੀ ਆ। ਲੋੜ ਪੂਰੀ ਕਰ ਲਓ, ਇਛਾਵਾਂ ਨਹੀਂ, ਲੋੜਾਂ ਪੂਰੀਆਂ ਕਰੋ। ਆਹ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਦੇ ਤਹਿਤ ਜਿਹੜਾ ਬੋਰਡ ਲੱਗਿਆ, ਇਹਦੇ ਮੁਤਾਬਕ ਵੀ ਆਪਾਂ ਰਾਰੰਗ ਪਹੁੰਚ ਗਏ। ਅਤੇ ਰਾਰੰਗ ਕਿੱਥੇ ਆ? ਉਹ ਸਾਹਮਣੇ ਪਹਾੜ ਦੀ ਚੋਟੀ 'ਤੇ ਜਿਹੜੇ ਘਰ ਦੀਂਦੇ ਆ, ਉਹ ਰਾਰੰਗ ਆ। ਚੱਲ ਬਈ ਦੇਬੇ ਰਾਰੰਗ। ਆਪਾਂ ਨਾ ਦੇਬੇ ਐਲਟੀਟਿਊਡ ਦੇਖਣ ਲਈ ਇੱਕ ਐਪਲੀਕੇਸ਼ਨ ਕੀਤੀ ਸੀ ਮਾਈ ਐਲਟੀਟਿਊਡ। ਇੱਕ ਬਾਈ ਨੇ ਕਮੈਂਟ ਕੀਤਾ ਸੀ, ਕਹਿੰਦਾ ਆਈਫੋਨ ਦੇ ਵਿੱਚ ਇਨਬਿਲਟ ਹੁੰਦਾ ਇਹਨਾਂ ਦਾ ਕੰਮ ਕੰਪਾਸ ਵਾਲਾ। ਇਹਦੇ ਮੁਤਾਬਕ ਆਪਾਂ 2650 ਐਲੀਵੇਸ਼ਨ 'ਤੇ ਖੜ੍ਹੇ ਹਾਂ ਹੁਣ, 2650 ਉਚਾਈ ਆਪਣੀ, 2600 ਮੀਟਰ। ਹੁਣ ਆਪਾਂ ਦੂਜੀ ਐਪਲੀਕੇਸ਼ਨ ਦੇਖਦੇ ਹਾਂ ਜਿਹੜੀ ਮਾਈ ਐਲਟੀਟਿਊਡ ਕੀਤੀ ਸੀਗੀ ਆਪਾਂ, ਕਿੱਥੇ ਜਾ ਪਈ? 2650 ਬਾਬਾ ਜਮਾਂ ਹੀ ਸਹੀ ਆ, 2650 ਇਹ ਦੱਸਦਾ, 2650 ਉਹ ਦੱਸਦਾ। ਇਹਦਾ ਮਤਲਬ ਬਾਹਰਲੀ ਐਪਲੀਕੇਸ਼ਨ ਡਾਊਨਲੋਡ ਕਰਨ ਦੀ ਲੋੜ ਹੀ ਨਹੀਂ, ਆਪਣੀ ਇਹਦੀ ਆਪਦੀ ਹੈਗੀ ਆ। ਅਸਲ ਸੰਦ ਆਪਾਂ ਚੱਕੀ ਫਿਰਦੇ ਹਾਂ, ਵਰਤਣੇ ਆਉਂਦੇ ਨਹੀਂ। ਚੱਲ ਬਾਈ, 2-3 ਕੈਂਚੀਆਂ ਰਹੀਆਂ। ਜਿੱਥੇ ਉਹ ਕਾਰ ਖੜ੍ਹੀ ਆ, ਸ਼ਾਇਦ ਦੇਖਦੀ ਪਤਾ ਨਹੀਂ, ਉੱਥੋਂ ਆਪਾਂ ਆਏ ਹਾਂ ਆਹ ਕੈਂਚੀਆਂ ਚੜ੍ਹ ਕੇ। ਠੀਕ ਆ, ਕੈਂਚੀਆਂ ਚੜ੍ਹਦੇ ਚੜ੍ਹਾਉਂਦੇ ਇਹਨਾਂ ਪਹਾੜਾਂ ਦੇ ਨਾਲ ਨਾਲ ਆਪਾਂ ਰਾਰੰਗ ਪਹੁੰਚ ਗਏ। ਰਾਰੰਗ, ਰਾਰੇ ਕੰਨਾਂ ਰਾਰੇ ਟਿੱਪੀ ਗੱਗਾ, ਰਾਰੰਗ ਆ ਮੁੜ ਮੁੜ ਕੇ ਨਾਲ ਹੈ। ਰਾਰੰਗ ਟੱਪਣ ਤੋਂ ਬਾਅਦ ਆਪਾਂ ਨੂੰ ਦੇਵ ਉਤਰਾਈ ਪੈਣੀ ਆ ਬਾਈ, ਫਿਰ ਆਪਾਂ ਉਤਰਾਂਗੇ। ਇਹ ਸੜਕ ਦੇਖ ਲਓ ਵੀ ਆਪਾਂ ਗੱਲਾਂ ਕਰਦੇ ਆਉਂਦੇ ਵੀ 62 ਵੇਲੇ ਵੀ ਗੋਲੀ ਸਿੱਕਾ ਜੰਗੀ ਸਾਜੋ ਸਮਾਨ ਇਹ ਸੜਕ ਤੋਂ ਟਪਾਇਆ। ਇਹ ਸੜਕ ਦੇ ਅੱਜ ਵੀ ਇੰਨੇ ਬੁਰੇ ਹਾਲਾਤ ਆ, ਹੁਣ ਤਾਂ JCBਆਂ ਕਰੇਨਾਂ ਸੌ ਕੁਛ ਆ ਗਿਆ। ਧੰਨ ਆ ਯਾਰ ਜਿਹੜਾ ਇੰਨਾ ਕੁਛ ਚੱਲਦਾ ਰਿਹਾ। ਇਹੀ ਮੁੱਖ ਰਾਹ ਸੀ ਜਿਹੜੇ ਹਿਮਾਚਲ ਦੇ ਗਾਹਾਂ ਅਗਲੇ ਇਲਾਕੇ ਨੂੰ, ਨਾਕੂ ਨੂਕੂ ਨੂੰ ਜੋੜਦੇ ਸੀਗੇ ਲਾਹੌਰ ਸਪੀਤੀ ਨੂੰ। ਅੱਜ 12-13 ਕਿਲੋਮੀਟਰ ਦਾ ਪੈਂਡਾ ਤੁਰ ਕੇ ਤੈਅ ਕੀਤਾ, ਕਿਉਂਕਿ ਸੜਕ ਸਾਰੀ ਟੁੱਟੀ ਹੋਈ ਸੀਗੀ ਅਤੇ ਸਾਈਕਲ ਦੇ ਟਾਇਰ ਦਾ ਨੁਕਸਾਨ ਹੋਣ ਤੋਂ ਬਚਾਅ ਕਰਨ ਲਈ ਤੁਰੇ ਸੀਗੇ। ਅਤੇ ਉਹ ਹੁਣ ਉਤਰਾਈ ਪੈਣ ਲੱਗ ਗਈ ਅੱਗੇ, ਅਤੇ ਅੱਗੇ ਸੜਕ ਵੀ ਮਿਲ ਜਾਣੀ ਆ ਅਤੇ ਆਪਾਂ ਰਾਰੰਗ ਪਹੁੰਚਾਂਗੇ। ਬਟ ਰਾਰੰਗ ਭੁਲੇਖੇ ਪਾਈ ਜਾਂਦਾ, ਸਾਨੂੰ ਐਂ ਸੀ ਵੀ ਆਹ ਰਾਰੰਗ ਆ, ਰਾਰੰਗ ਅੱਗੇ ਜਾ ਕੇ ਮਿਲੂਗਾ 3-4 ਕਿਲੋਮੀਟਰ ਹਜੇ। ਜਿਹੜੇ ਤਾਂ ਤੋਂ ਪੱਥਰ ਡਿੱਗਦੇ ਆ, ਉਹਨਾਂ ਪੱਥਰਾਂ ਨੂੰ ਬਾਈ ਹੁਣੀ ਤੋੜ ਲੈਂਦੇ ਆ, ਘਣ ਉਹ ਵੀਰ ਦੇ ਹੱਥ 'ਚ ਘਣ ਹੈ, ਫਿਰ ਉਹ ਪੱਥਰਾਂ ਨੂੰ ਇੱਧਰਲੇ ਪਾਸੇ ਸੜਕ 'ਤੇ ਵਰਤਿਆ ਜਾਂਦਾ, ਕੰਧ ਕੱਢ ਕੇ ਫਿਰ ਸੜਕ ਬਣਦੀ ਹੈ। ਇਹ ਬਣ ਗਈ ਹੈ, ਪਰਲੀ ਤਾਂ ਉਹ ਕਹੋ ਬਣਾਉਗੇ ਯਾਰ, ਸਾਰੀ ਇਹ ਸੜਕ ਹੀ ਹੈ ਨਹੀਂ, ਉਹ ਤਾਂ ਉੱਧਰ ਬਣ ਜਾਏਗੀ ਸਾਰੀ ਜੇ ਅਗਲੇ ਸਾਲ ਤਿਆਰ। ਚਲੋ ਲੱਗ ਜਾਏਗਾ ਪਤਾ ਫਿਰ। ਸਕਰੀਨ 'ਤੇ ਸਾਹਮਣੇ ਦਿਖਦਾ ਪਿੰਡ ਹੈ ਰਾਰੰਗ,
ਰਾ ਰੰਗ, ਰਾ ਰੰਗ ਨੇ ਬੜੇ ਭੁਲੇਖੇ ਪਾਏ। ਰਾਹ ਦੇ ਵਿੱਚ ਜਿਹੜੇ ਵੀ ਘਰ ਆਏ ਉੱਥੇ ਬੋਰਡ ਲੱਗਾ ਹੁੰਦਾ ਸੀ ਰਾ ਰੰਗ ਦਾ, ਪਰ ਅਸਲ ਦੇ ਵਿੱਚ ਰਾ ਰੰਗ ਆਹ ਹੈ। ਸਾਥ ਮੇਂ ਹੀ ਹੈ ਰਾ ਰੰਗ ਦੇ ਵਿੱਚ ਮਨੈਸਟਰੀ ਬਣੀ ਹੋਈ ਆ। ਹਵਾ ਬਹੁਤ ਤੇਜ਼ ਵਗ ਜਾਂਦੀ ਹੈ, ਅਸੀਂ ਸਾਈਕਲ ਕਰਕੇ ਥੋੜ੍ਹਾ ਸਰੀਰ ਗਰਮ ਆ, ਮੈਂ ਸਾਰਿਆਂ ਦੇ ਇੱਥੇ ਮੋਟੇ ਲੀੜੇ ਪਾਏ ਹੋਏ ਆ। ਰਾ ਰੰਗ ਦੇ ਵਿੱਚ ਆਪਾਂ ਕਿਤੇ ਜਗ੍ਹਾ 'ਤੇ ਖਾਣ ਪੀਣ ਲਈ ਬੈਠੇ ਹਾਂ, ਉੱਥੇ ਇੱਕ ਬੋਰਡ ਲੱਗਿਆ ਹੋਇਆ, ਨੋ ਮੀਨਸ ਨੋ, ਸੇਵ ਕਨੌਰ। ਇਹ ਗੱਲਬਾਤ ਆਪਾਂ ਬਾਹਰ ਚੜ੍ਹ ਕੇ ਬਾਹਰ ਖੜ੍ਹ ਕੇ ਕਰਾਂਗੇ ਜਦੋਂ ਬਾਹਰ ਰੁਕੇ। ਪਏ ਆ ਉੱਤੇ, ਜੇ ਲੋੜ ਪਈ ਤਾਂ ਪਾਲਾਂਗੇ ਉਹ ਵੀ। ਆਪਾਂ ਰਾ ਰੰਗ ਤੋਂ ਖਾ ਪੀ ਲਿਆ ਸਮਾਨ, ਰੋਟੀ ਟੁੱਕ ਮਿਲ ਗਿਆ ਸੀਗਾ। ਥੱਲੇ ਚੱਲਦੇ ਹੁਣ ਸਤਲੁਜ ਦਰਿਆ ਵੱਲ ਅਕਪਾ 'ਤੇ, ਅਕਪਾ ਨਾਂ ਦੀ ਇੱਕ ਜਗ੍ਹਾ, ਫਿਰ ਅਕਪਾ ਤੋਂ ਅੱਗੇ ਉਹਨੂੰ ਵਧਾਂਗੇ ਆਪਾਂ ਨੈਸ਼ਨਲ ਹਾਈਵੇ 5 'ਤੇ। ਜਿੱਥੇ ਆਪਾਂ ਰੋਟੀ ਪਾਣੀ ਖਾਧਾ ਹੁਣ ਬਹਿ ਕੇ, ਉੱਥੇ ਨਾ ਇੱਕ ਲਿਖਿਆ ਫਲੈਕਸ ਬੋਰਡ, ਜਿਹਦੀ ਕਲਿੱਪ ਦੇਖਿਆ ਤੁਸੀਂ, ਨੋ ਮੀਨਸ ਨੋ, ਇਹੋ ਜਿਹਾ ਕੁਛ ਲਿਖਿਆ ਸੀਗਾ। ਘਨੌਰ ਦੇ ਵਿੱਚ ਡਿਵੈਲਪਮੈਂਟ ਨਾਂ 'ਤੇ ਉਜਾੜਾ ਬਹੁਤ ਹੋਈ ਜਾਂਦਾ, ਜਿਵੇਂ ਆਪਾਂ ਵੇਖੀਆਂ ਟਾਨਣਾਂ ਬਣਾਈਆਂ ਹੋਈਆਂ ਪਹਾੜਾਂ ਦੇ ਵਿੱਚ ਦੀ, ਸਤਲੁਜ ਦਾ ਪਾਣੀ ਕਦੇ ਕੱਢ ਲਿਆ ਕਦੇ ਪਾ ਲਿਆ ਉਹਦੇ 'ਚੋਂ। ਉਹਦੇ ਨਾਲ ਕੀ ਆ, ਇੱਥੋਂ ਦੇ ਦਰਖਤ ਬਹੁਤ ਕੱਟੇ ਜਾਂਦੇ ਆ, ਦਰਖਤ ਵੱਢੀ ਜਾਂਦੇ ਆ, ਪਹਾੜ ਖੂਰੀ ਜਾਂਦੇ ਆ, ਤਾਂ ਕਰਕੇ ਜਿਹੜੀ ਕਹਿੰਦੇ ਨਾ ਬਿਊਟੀ ਆ, ਜਿਹੜੀ ਉੱਥੇ ਸੁੰਦਰਤਾ, ਉਹ ਘਟੀ ਜਾਂਦੀ ਆ। ਇਸ ਗੱਲ ਕਰਕੇ ਘਨੌਰ ਦੇ ਲੋਕ ਇਹਨਾਂ ਸਾਰੇ ਪ੍ਰੋਜੈਕਟਾਂ ਦੇ ਖਿਲਾਫ ਆ, ਉਹ ਖਿਲਾਫ ਹੋਣੇ ਕਰਕੇ ਹੀ ਇਹਨਾਂ ਨੇ ਇਹੋ ਜਿਹੀਆਂ ਮੁਹਿੰਮਾਂ 'ਚ ਛੇੜੀਆਂ ਹੋਈਆਂ ਨੇ, ਔਨਲਾਈਨ ਵੀ ਅਤੇ ਔਫਲਾਈਨ ਵੀ ਕੁਛ ਨਾ ਕੁਛ ਕਰਦੇ ਰਹਿੰਦੇ ਆ, ਵੀ ਅਸੀਂ ਘਨੌਰ ਨੂੰ ਜਿਵੇਂ ਦਾ ਹੈਗਾ ਉਵੇਂ ਦਾ ਰੱਖਣਾ ਚਾਹੁੰਦੇ ਹਾਂ, ਐਂ ਖਿਲਾਰਾ ਨਹੀਂ ਪਾਉਣ ਦੇਣਾ। ਕਿਉਂਕਿ ਜਿਹੜੀਆਂ ਉਹ ਕੰਪਨੀਆਂ, ਜਿਹੜਾ ਉਹਨਾਂ ਦਾ ਮੁਨਾਫਾ, ਉਹ ਨਿੱਜੀ ਕੰਪਨੀਆਂ, ਉਹ ਆਪਦਾ ਕਾਰਪੋਰੇਟ ਵਾਲੀ ਗੱਲਬਾਤ ਹੋ ਗਈ, ਬਾਕੀ ਤੁਸੀਂ ਸਾਰੇ ਸਮਝ ਹੀ ਗਏ। ਹੁਣ ਆਪਾਂ ਸਤਲੁਜ ਵਾਲੀ ਥੱਲੇ ਨੂੰ ਬੜੀ ਵਧੀ ਜਾਂਦੇ ਹਾਂ। ਸਫ਼ਰਾਂ ਦੇ ਵਿੱਚ ਆਪਣੇ ਰਹਿਣ ਸਹਿਣ ਦਾ ਪ੍ਰਬੰਧ ਬਾਬਾ ਆਪੇ ਕਰ ਦਿੰਦਾ। ਜਦੋਂ ਕੱਲ੍ਹ ਆਪਾਂ ਸ਼ੰਬਾ ਲਾਲਾ ਹੋਟਲ ਦੇ ਵਿੱਚ ਬੈਠੇ ਸੀ, ਤਾਂ ਉੱਥੇ ਇਹ ਵੀਰ ਹੋਣੀ ਆਏ ਸੀ, ਇਹ ਉਸ ਹੋਟਲ ਦੇ ਮਾਲਕ ਜਿਹੜੇ ਪ੍ਰਿਥਵੀ ਰਾਜ, ਉਹਨਾਂ ਦੇ ਦੋਸਤ ਨੇ, ਅਤੇ ਇਹਨਾਂ ਨੇ ਸਾਨੂੰ ਕਿਹਾ ਸੀ ਵੀ ਰਾ ਰੰਗ ਪਹੁੰਚ ਕੇ ਸਾਨੂੰ ਫੋਨ ਕਰ ਲਿਓ, ਅਤੇ ਰਾ ਰੰਗ ਪਹੁੰਚੇ ਅਤੇ ਪਹਿਲਾਂ ਬਾਹਰ ਗਏ, ਹੁਣ ਮਿਲੇ ਇਹਨਾਂ ਨੂੰ। ਇੱਥੇ ਪੀ ਡਬਲਿਊ ਡੀ ਦਾ ਦਿਵ ਕੀ ਗੈਸਟ ਹਾਊਸ ਆ, ਪੀ ਡਬਲਿਊ ਡੀ ਦਾ, ਆਪਾਂ ਉੱਥੇ ਰੁਕਾਂਗੇ ਅੱਜ। ਉਹ ਸਾਹਮਣੇ ਉਹ ਕੌਣ ਸਾ ਵਿਲੇਜ ਆ ਬਾਈ? ਹਾਂ ਰਿੱਬਾ। ਅੱਛਾ, ਰਿੱਬਾ ਸੇ ਟ੍ਰੈਕਿੰਗ ਪੁਆਇੰਟ ਵੀ ਹੈ ਨਾ? ਰਿੱਬਾ ਸੇ ਟ੍ਰੈਕਿੰਗ ਪੁਆਇੰਟ ਵੀ ਹੈ। ਚਿਤਕੁਲ ਕੀ ਤਰਫ? ਹੋਮ ਸਟੇ ਵੀ ਹੈ, ਲੇਕਿਨ ਚਿਤਕੁਲ ਕੀ ਤਰਫ ਵੋ ਵਹਾਂ ਸੇ ਅੰਦਰ ਹੈ। ਹਾਂ, ਹਮੇ ਸੁਨਾ ਥਾ ਕਹੀਂ। ਹੰਗੀ ਸੇ ਅੰਦਰ। ਹਾਂ, ਅੱਛਾ ਵੋ ਜੋ ਉੱਪਰ ਪਰਬਤ ਹੈ ਵੋ ਹੈ ਕਿੰਨਰ ਕਲਾਸ਼। ਕਿੰਨਰ ਕਲਾਸ਼ ਵਾਲਾ ਉਧਰ ਹੈ। ਇਧਰ ਸੇ। ਇਨ ਬਾਦਲੋਂ ਕੇ ਪੀਛੇ? ਇਨ ਬਾਦਲੋਂ ਕੇ ਪੀਛੇ। ਠੀਕ ਹੈ। ਹਾਂ, ਇਸ ਉੱਚਾ ਹੈ। ਉੱਚਾ ਦਿੱਬੇ। ਉਹਦੀ ਉਹਦਾ ਟ੍ਰੈਕਿੰਗ ਪੁਆਇੰਟ ਹੋਰ ਪਾਸੇ ਹੋਂ ਬਾਈ। ਆਪਾਂ ਰਾ ਰੰਗ ਦੇ ਵਿੱਚ ਹੀ ਖੜ੍ਹੇ ਹਾਂ ਹੁਣ। ਰਾ ਰੰਗ ਦੇ ਵਿੱਚ ਪੀ ਡਬਲਿਊ ਡੀ ਦਾ ਇੱਕ ਗੈਸਟ ਹਾਊਸ ਆ, ਅਤੇ ਇਹ ਵੀਰ ਹੋਣਾ ਦਾ ਨਾਮ ਆ ਰਬਚਿਕ, ਰਬਚਿਕ, ਐਸਾ ਹੀ ਨਾ, ਸਹੀ ਪ੍ਰੋਨਾਊਂਸ ਕਰਨਾ? ਬਹੁਤ ਕੋਸ਼ਿਸ਼ ਕੇ ਬਾਅਦ। ਰਬਚਿਕ ਦਾ ਹਾਂ ਬਾਈ, ਹੋਣਾ ਦਾ ਕੈਫੇ ਵੀ ਹੈਗਾ ਦਾ ਰਬਚਿਕ। ਸਵੇਰੇ ਇਹਨਾਂ ਨਾਲ ਗੱਲਬਾਤ ਹੋਈ ਸੀ, ਪਰ ਉਦੋਂ ਇਹ ਦੂਰ ਗਏ ਹੋਏ ਸੀ। ਸਬੱਬੀ ਜਦੋਂ ਵਾਪਸੀ 'ਤੇ ਸਾਨੂੰ ਇਹ ਰਾਹ ਦੇ ਵਿੱਚ ਮਿਲ ਪਏ, ਤਾਂ ਅਸੀਂ ਜਾਣਾ ਤਾਂ ਥੱਲੇ ਸੀ ਸਤਲੁਜ ਵੱਲ ਨੂੰ NH 5 'ਤੇ, ਪਰ ਉਹ ਪ੍ਰੋਗਰਾਮ ਛੱਡ ਕੇ ਹੁਣ ਅਸੀਂ ਇੱਥੇ ਰੁਕ ਗਏ, ਕਿਉਂਕਿ ਆ ਜਗ੍ਹਾ ਬਹੁਤ ਸ਼ਾਨਦਾਰ ਆ, ਅਤੇ ਇਹ ਜਗ੍ਹਾ ਮਿਲੀ ਮੁਕਤੀ 'ਚ, ਇਹ ਜਗ੍ਹਾ ਬਾਈ ਜੀ ਦੀ ਨਿਗਾਹ ਪੈ ਗਈ ਸੀਗੀ ਬੋਰਡ ਦੇਖ ਕੇ। ਬਜ਼ੁਰਗਾਂ ਹੀ ਕੰਮ ਆਉਂਦੇ ਆ ਬਜ਼ੁਰਗ, ਤੁਹਾਨੂੰ ਤਾਂ ਹੀ ਤਾਂ ਬਰਾਤ ਨਾਲ ਲੱਗ ਗਏ ਸੀਗੇ, ਬੱਕਰਾ ਤੁਸੀਂ ਖਾਧਾ ਸੀ? ਚੱਲ ਵੀਰੇ, ਸਾਡੇ ਸਫ਼ਰਾਂ ਦੇ ਵਿੱਚ ਬਹੁਤ ਵਾਰੀ ਐਵੇਂ ਹੋਇਆ ਜਿੱਦੇ ਅਸੀਂ ਸਫ਼ਰ 'ਚ ਬਾਹਲੇ ਤੰਗ ਹੋਈਏ, ਦਿੱਬੇ ਸਮਾਨ ਲਾ ਦੇ ਬਾਈ ਨੂੰ, ਜਿੱਦੇ ਅਸੀਂ ਸਫ਼ਰ 'ਚ ਬਾਹਲੇ ਤੰਗ ਹੋਈਏ, ਉੱਧਰ ਰਹਿਣ ਬਹਿਣ ਦੀ ਥਾਂ ਸਾਨੂੰ ਬਹੁਤ ਸੋਹਣੀ ਮਿਲਦੀ ਆ। ਜਿਹੜਾ ਇਹ ਪੀ ਡਬਲਿਊ ਡੀ ਦਾ ਬਣਿਆ ਹੋਇਆ ਰਹਿਣ ਵਾਲਾ ਰੈਸਟ ਹਾਊਸ, ਇਹਦੀ ਬੁਕਿੰਗ ਕਲਪਾ ਤੋਂ ਹੁੰਦੀ ਆ। ਅੱਜ ਐਤਵਾਰ ਸੀ, ਬੁਕਿੰਗ ਦਾ ਕੋਈ ਹੱਲ ਵੱਲ ਨਹੀਂ ਸੀਗਾ, ਨਾ ਹੀ ਅਸੀਂ ਕਰਾਈ ਸੀ ਕੋਈ। ਇਹ ਬਾਈ ਹੁਣਾਂ ਦਾ ਸੰਪਰਕ ਸੀਗਾ, ਇਹਨਾਂ ਨੇ ਫੋਨ ਕਰਕੇ ਆਪੇ ਸਾਰੇ ਮਸਲੇ ਹੱਲ ਕਰ ਲਏ, ਅਤੇ ਆਪਣਾ ਇੱਥੇ ਰਹਿਣ ਦਾ ਆਹ ਕਮਰੇ ਦੇ ਵਿੱਚ ਹੱਲ ਹੋ ਗਿਆ। ਜਿਹੜੀ ਗੱਲ ਆਪਾਂ ਪਹਿਲਾਂ ਕਰਕੇ ਹਟੇ ਸੀ ਉਹੀ ਆ, ਨੋ ਮੀਨਸ ਨੋ, ਸੇਵ ਕਨੌਰ, ਸੇਵ ਨੇਚਰ, ਸੇਵ ਸਤਲੁਜ। ਸਤਲੁਜ ਦਰਿਆ ਲਈ ਮੁਹਿੰਮ ਛੇੜੀ ਬੈਠੇ ਆ, ਇਸ ਦਾ ਕਿਆ ਮਤਲਬ ਹੈ? ਦਾ ਅਰੇਬਿਕ। ਅੱਛਾ ਜੀ, ਆਪ ਅਰਾਬਿਕ, ਆਪਕਾ ਨਾਮ ਹੈ ਜੀ? ਹਾਂ, ਇਧਰ ਆਵੇ। ਆ ਗਏ ਭਈਆ, ਆਜਾ ਆਜਾ ਆਜਾ। ਸਾਹਮਣੇ ਦਿਸੀ ਜਾਂਦਾ ਕਿੰਨਰ ਕਲਾਸ਼ ਪਹਾੜ ਦੀ ਚੋਟੀ ਆ ਜੀ, ਅਤੇ ਆਪਾਂ ਬਾਈ ਰਬਚਕ ਦੇ ਘਰ ਆਏ ਹੋਏ ਸੀ, ਇੱਥੇ ਚਾਹ ਪਾਣੀ ਪੀਤਾ। ਹੁਣ ਆਪਾਂ ਵਾਪਸ ਆਪਣੇ ਟਿਕਾਣੇ 'ਤੇ ਚੱਲਦੇ ਹਾਂ, ਪੀ ਡਬਲਿਊ ਡੀ ਵਾਲੇ ਗੈਸਟ ਹਾਊਸ 'ਤੇ ਚੱਲੀਏ ਭਾਅ ਜੀ। ਰਬਚਕ, ਧੰਨਵਾਦ ਬਾਈ ਸਾਹਿਬ, ਆਪਕਾ ਚਾਹ ਕੇ ਲਈ। ਆਹ ਕਮਰਾ ਇਹਦੇ ਗੈਸਟ ਹਾਊਸ ਦੇ ਵਿੱਚ, ਰੈਸਟ ਹਾਊਸ ਦੇ ਵਿੱਚ, ਜਿੱਥੇ ਆਪਾਂ ਅੱਜ ਰਹਾਂਗੇ, ਪਵਾਂਗੇ। ਆਹ ਸਮਾਨਾ ਵੀ ਪਿਆ ਇੱਥੇ,
ਜਿਹੜੇ ਸਰਕਾਰੀ ਹੁੰਦੇ ਸਸਤੇ ਆ, ਵਧੀਆ ਮਿਲ ਜਾਂਦੇ। ਦਿੱਬੇ ਇੱਕ ਹੋਰ ਵੀ ਥਾਂ 'ਤੇ ਰੁਕੇ ਸੀ ਆਪਾਂ, ਮਿਜ਼ੋਰਮ ਵੱਲ ਇਹੋ ਜਿਹੀ ਥਾਂ 'ਤੇ। ਇਹ ਗੈਸਟ ਹਾਊਸ ਦੇ ਵਿੱਚ ਹੋਰ ਕੋਈ ਨਹੀਂ, ਬਸ ਅਸੀਂ ਹਾਂ। ਸੀ ਵੀ ਬੰਦੇ ਇਹ, ਚਲੋ ਬਾਈ ਵਰਗਿਆਂ ਦਾ ਸੀਗਾ, ਲਿਆਏ ਢਾਬ, ਉਹਨਾਂ ਨੇ ਫੋਨ ਕਰਾ ਕੇ ਖਲਾਤਾ ਵੀ ਚੱਲ ਇੱਥੇ ਪੈ ਬਹਿ ਜਾਣਗੇ ਇਹ। ਕੱਲ੍ਹ ਨੂੰ ਆਪਾਂ 7 ਵਜੇ ਥੱਲੇ ਉਤਰ ਕੇ ਫਿਰ ਆਪਾਂ NH5 'ਤੇ ਸਫ਼ਰ ਕਰਕੇ ਆਪਾਂ ਬਾਈ ਜਾਵਾਂਗੇ ਰੂਪਾ ਵੈਲੀ। ਰੂਪਾ ਵੈਲੀ ਬਹੁਤ ਸੋਹਣੀ ਥਾਂ। ਬਸ ਮੁੱਖ ਕੰਮ ਆਪਣਾ, ਮਤਲਬ ਜਿਹੜੀ ਸੜਕ ਮੇਨ ਆਉਂਦੀ ਆ, ਉਹ ਸੜਕ 'ਤੇ ਕਿਤੇ ਉੱਧਰਲੇ ਪਹਾੜ 'ਤੇ, ਕਿਤੇ ਉੱਧਰਲੇ ਪਹਾੜ 'ਤੇ। ਜੇ ਤੁਸੀਂ ਕਿਸੇ ਵੀ ਇਲਾਕੇ ਨੂੰ ਚੰਗੀ ਤਰ੍ਹਾਂ ਦੇਖਣਾ ਤਾਂ ਫਿਰ ਤਾਂ ਹੀ ਦੇਖਿਆ ਜਾਊਗਾ, ਕਿਉਂਕਿ ਮੁੱਖ ਸੜਕ ਤੋਂ ਉਨੀ ਕੁਛ ਪਤਾ ਲੱਗਣਾ। ਐਂ ਕਰਕੇ ਆਪਾਂ ਉੱਥੋਂ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਹਾਂ, ਦੇਖ ਸਕਦੇ ਹਾਂ। ਅਤੇ ਮਿਲਦੇ ਹਾਂ ਵੀਰੇ ਆਪਾਂ ਕੱਲ੍ਹ ਨੂੰ, ਨਵੀਂ ਵੀਡੀਓ, ਨਵੇਂ ਰਾਹ, ਨਵੇਂ ਸਫ਼ਰ, ਨਵੀਆਂ ਗੱਲਾਂ ਬਾਤਾਂ ਦੇ ਨਾਲ। ਜੁੜੇ ਰਹੋ ਬਾਈ, ਸਤਿ ਸ਼੍ਰੀ ਅਕਾਲ। ਪਰਨਾ ਛਪਿਆ ਹੋਇਆ ਇਸ ਰੋਡ।